ਫਿਰ ਮੈਨੂੰ ਉਹਨਾਂ ਪਹਿਲਾਂ ਹੀ ਬਚਨ ਇਹ ਕੀਤਾ ਹੋਇਆ ਸੀ। ਬਚਨ ਇਹੀ ਕਿ ਸਾਡਾ ਪਤਾ ਨਹੀਂ, ਅਸੀਂ ਹੁਣੇ ਵੀ ਸਾਨੂੰ ਇਹਨਾਂ ਨੇ ਫੜਾ ਦੇਣਾ, ਗਦਾਰਾਂ ਨੇ ਇਹਨਾਂ ਨੇ ਹੱਥੀਂ ਫੜ ਕੇ ਸਾਨੂੰ ਫੜਾ ਦੇਣਾ, ਅਤੇ ਤੂੰ ਕੀ ਕਰੇਂਗੀ? ਮੈਂ ਕਿਹਾ ਜਿੱਥੇ ਤੁਸੀਂ ਰਹੋਗੇ ਉੱਥੇ ਮੈਂ ਵੀ ਰਹਿ ਲੂੰਗੀ, ਜਿਸ ਤਰ੍ਹਾਂ ਤੁਹਾਡੀ ਜ਼ਿੰਦਗੀ ਨੂੰ ਉਸ ਤਰ੍ਹਾਂ ਮੇਰੀ ਵੀ ਨਾਲ। ਇਹ ਜਥੇਬੰਦੀ ਉਹਨਾਂ ਚਿਰ ਤੱਕ ਕਾਇਮ ਰਹੇਗੀ ਜਿੰਨਾ ਚਿਰ ਸਿੰਘਾਂ ਦੇ ਸਰੀਰ ਵਿੱਚ ਦਮ ਹੈ, ਜਿੰਨਾ ਚਿਰ ਸਿੰਘਾਂ ਦੇ ਸਰੀਰ ਵਿੱਚ ਸਾਹ ਹਨ ਉਹਨਾਂ ਚਿਰ ਤੱਕ ਚੱਲਦੀ ਰਹੇਗੀ, ਜਾਂ ਜਿੰਨਾ ਚਿਰ ਤੱਕ ਆਪਣਾ ਮੁਕਤੀ ਚਾਹ ਪੂਰਾ ਨਹੀਂ ਕਰ ਲੈਂਦੇ। ਵਾਹਿਗੁਰੂ ਜੀ ਕਾ ਖਾਲਸਾ, ਕਰੈਕਟਰ ਬਹੁਤ ਵਧੀਆ ਸੀ ਉਹਨਾਂ ਦਾ, ਸੁਭਾਅ ਗੁੱਸੇ ਵਾਲਾ ਸੀ। ਸੁਭਾਅ ਇਸ ਤਰ੍ਹਾਂ ਤੁਹਾਨੂੰ ਦੱਸਿਆ ਵੀ ਥੋੜ੍ਹਾ ਜਿਹਾ ਕੌੜਾ ਸੁਭਾਅ ਸੀ, ਵੀ ਕੰਮ ਧੰਦਾ ਵਧੀਆ ਕਰਦਾ ਰਿਹਾ, ਭੈਣ ਨਾਲ ਵੀ ਪਿਆਰ ਕਰਦਾ ਰਿਹਾ, ਸਾਰਾ ਘਰ ਦਾ ਕੰਮ ਧੰਦਾ, ਪੜ੍ਹਾਈ 'ਚ ਵੀ ਵਧੀਆ ਰਿਹਾ 10ਵੀਂ ਤੱਕ। ਬਾਅਦ ਜਦੋਂ ਇਸ ਪਾਸੇ ਤੁਰ ਪਿਆ ਫਿਰ ਉਹਨੇ 11ਵੀਂ ਨਹੀਂ ਪਾਸ ਕੀਤੀ, 3 ਸਾਲ ਪੜ੍ਹਨਾ ਨਹੀਂ ਤਾਂ 11ਵੀਂ ਕਿੱਥੋਂ ਪਾਸ ਕਰਨੀ, 10ਵੀਂ 'ਚ ਚਲੇ ਗਿਆ ਘਰ। ਇਹਨਾਂ ਮੈਨੂੰ ਕਹਿੰਦੇ ਵੀ ਚਾਚਾ ਜੀ ਤੋਂ ਸਾਨੂੰ ਲਾਗ ਲੱਗੀ, ਚਾਚਾ ਜੀ ਆਪਣੇ ਗੁਰਮੁਖ ਸਨ ਅਤੇ ਉਹਨਾਂ ਤੋਂ ਉਹ ਸਾਖੀਆਂ ਸੁਣਾਉਂਦੇ ਹੁੰਦੇ ਸੀ, ਅਤੇ ਉਹ ਸੁਣ ਸੁਣ ਕੇ ਅਤੇ ਇਸ ਪਾਸੇ ਉਹ ਲੱਗ ਗਏ ਗੁਰਮਤ ਵਾਲੇ ਪਾਸੇ। ਬਾਕੀ ਸੰਘਰਸ਼ ਦੇ ਟਾਈਮ 'ਤੇ ਜਦੋਂ 78 ਦਾ ਸਾਕਾ ਆਇਆ, ਉੱਥੇ ਉਹ ਭੈਣ ਜੀ ਸਨ ਸਰ ਦਾਖਲ, ਅਤੇ ਉੱਥੇ ਉਹਨਾਂ ਨੇ ਸਾਰਾ ਸਾਕਾ ਦੇਖਿਆ, ਉੱਥੋਂ ਇਹਨਾਂ ਦਾ ਮਨ ਬਣ ਗਿਆ ਵੀ ਮੈਂ ਅੰਮ੍ਰਿਤ ਛਕਣਾ। ਫਿਰ ਉਸ ਤੋਂ ਬਾਅਦ ਇਹ ਸ਼ਹੀਦੀ ਗੁਰਪੁਰਬ 'ਤੇ ਅੰਮ੍ਰਿਤ ਛਕਿਆ ਇਹਨਾਂ ਨੇ ਹੁਸ਼ਿਆਰਪੁਰ ਸਾਹਿਬ, ਉੱਥੇ ਅਸੀਂ ਹਸਪਤਾਲ ਹਾਂ ਜਦੋਂ ਵਿਸਾਖੀ ਵਾਲੇ ਦਿਨ, ਅਤੇ ਉੱਥੇ ਇਹਨੇ ਸਾਰਾ ਸਾਕਾ ਵੇਖਿਆ ਵੇਖਿਆ ਜਿੱਦਣ ਉੱਥੇ ਹਸਪਤਾਲ ਕਾਂਡ ਵਿਸਾਖੀ ਵਾਲਾ, ਉੱਥੋਂ ਹੀ ਮਨ ਬਣ ਗਿਆ ਤਾਂ ਵੀ ਮੈਂ ਹੁਣ ਅਸੀਂ ਇਸ ਗੱਲ ਦਾ ਸਾਰਾ ਅੱਖੀ ਇਹਨੇ ਸੀਨ ਵੇਖਿਆ। ਉਹ ਸਿੰਘ ਆਏ ਉੱਥੇ, ਅੱਖਾਂ 'ਚ ਗੋਲੀਆਂ ਵੱਜੀਆਂ ਹਸਪਤਾਲ, ਉਹਨਾਂ ਦੇ ਹਾਲ ਚਾਲ ਪੁੱਛਣ ਸੰਤ ਜਰਨੈਲ ਸਿੰਘ ਵਗੈਰਾ ਆਇਆ, ਅਤੇ ਉਹ ਹੀ ਉਹਨਾਂ ਦੇ ਨਾਲ ਨਾਲ ਹੀ ਤੁਰਿਆ ਫਿਰਿਆ, ਸਾਰਾ ਉਹ ਜਾ ਕੇ ਵੇਖਿਆ ਸੀਨ, ਸਾਨੂੰ ਵੀ ਆਣ ਕੇ ਦੱਸਿਆ ਵੀ ਇਸ ਤਰ੍ਹਾਂ ਗੋਲੀ ਚੱਲੀ ਆ, ਇਸ ਤਰ੍ਹਾਂ ਹੋਇਆ। ਬਸ ਉੱਥੋਂ ਹੀ ਇਹਨੇ ਮਨ ਬਣਾ ਲਿਆ ਵੀ ਅਸੀਂ ਇਹ ਬਦਲਾ ਲੈਣਾ ਜਾ ਕੇ ਇਸ ਗੱਲ ਦਾ। ਇਹਨਾਂ ਨਾਲ ਸਾਰੇ ਨਾਗੋਕੇ ਵਾਲਿਆਂ ਨਾਲ ਮੇਲ ਮਿਲਾਪ ਸੀ, ਉਹ ਜਾਣਾ ਆਉਣਾ, ਉਹਨਾਂ ਵੀ ਘਰ ਆਉਣਾ, ਇਹਨੇ ਵੀ ਜਾਣਾ, ਅਸੀਂ ਆਖਣਾ ਕਾਲਜ ਇੰਨੇ ਇੰਨਾ ਲੇਟ ਆਇਆ, ਮੈਂ ਉਹਨਾਂ ਦੇ ਘਰ ਚਲਾ ਗਿਆ ਸੀ, ਉੱਥੇ ਅਸੀਂ ਆਹ ਕੀਤਾ, ਅਸੀਂ ਆਹ ਕੀਤਾ, ਇਸ ਤਰ੍ਹਾਂ ਦੀ ਆਣ ਕੇ ਸਾਨੂੰ ਗੱਲਾਂ ਦੱਸ ਦੇਣੀਆਂ। ਉਹਨਾਂ ਵੀ ਆਉਣਾ, ਅਸੀਂ ਆਖਿਆ ਚੱਲ ਅੰਮ੍ਰਿਤ ਛਕ ਗਿਆ, ਸਿੰਘ ਆਉਂਦੇ ਜਾਂਦੇ ਆ, ਗੱਲ ਹੀ ਨਹੀਂ, ਪਤਾ ਹੀ ਨਹੀਂ ਸੀ ਵੀ ਉਹ ਸਾਰੇ ਹੀ ਇਸ ਪਾਸੇ ਤੁਰੇ ਸੀ, ਸਾਨੂੰ ਨਹੀਂ ਸੀ ਉਹਨਾਂ ਬਾਰੇ ਪਤਾ ਵੀ ਕੀ ਕਰਦੇ ਅਤੇ ਕੀ ਨਹੀਂ ਕਰਦੇ। ਉਹ ਤਰ੍ਹਾਂ ਗੱਲਾਂ ਦੱਸਣੀਆਂ, ਫਲਾਣੀ ਥਾਂ ਸਾਕਾ ਆਇਆ, ਫਲਾਣੀ ਤਾਂ ਇਸ ਤਰ੍ਹਾਂ ਆਇਆ, ਇਸ ਤਰ੍ਹਾਂ ਆਇਆ, ਉਹਨਾਂ ਦੇ ਘਰਦਿਆਂ ਨੂੰ ਫੜ ਲਿਆ, ਐਂ ਕਰ ਲਿਆ, ਫਲਾਣ ਕਰ ਲਿਆ, ਸਾਨੂੰ ਇਸ ਤਰ੍ਹਾਂ ਦੀ ਬਾਤਾਂ ਪਾਉਣੀਆਂ, ਅਤੇ ਸਾਨੂੰ ਕੀ ਪਤਾ, ਸਾਨੂੰ ਸਮਝਾਉਂਦਾ ਵੀ ਤੁਹਾਡੇ ਨਾਲ ਕੁਛ ਹੋਣਾ, ਸਾਨੂੰ ਨਹੀਂ ਸੀ ਇਸ ਗੱਲ ਦਾ ਪਤਾ ਕੋਈ। ਜਦੋਂ ਪਕੌੜੇ ਹੋਏ ਇਹਨਾਂ ਦਾ ਅਖਬਾਰ ਦੇ ਵਿੱਚ ਨਾਂ ਆ ਗਿਆ, ਕਿਤੇ ਗਿਆ ਸੀ, ਉੱਥੇ ਇਹਨੇ ਅਖਬਾਰ ਪੜ੍ਹੀ ਅਤੇ ਇਹਨਾਂ ਦੇ ਨਾਂ ਆ ਗਿਆ। ਉੱਥੇ ਇੱਕ ਸਾਕਾ ਆਇਆ ਸੀ ਪੱਟੀ ਦਾ, ਜਿੱਦਣ ਰਾਤ ਉਦੋਂ ਸਵੇਰੇ ਜਿਹੜੀ ਅਖਬਾਰ ਆਈ ਅਤੇ ਇਹਨਾਂ ਦਾ ਨਾਂ ਆ ਗਿਆ ਘਰੋਂ। ਉਹਨਾਂ ਇੱਥੋਂ ਇਕੱਲਾ ਤਿਆਰ ਹੋ ਕੇ ਚੱਲਿਆ ਸਨ, ਤਾਂ ਮੈਂ ਭੂਆ ਕੋਲ ਚੱਲਿਆ, ਅਤੇ ਗਿਆ ਨਹੀਂ ਭੂਆ ਕੋਲ, ਰਾਹ 'ਚ ਕਿਤੇ ਰਿਹਾ। ਅਤੇ ਸਵੇਰੇ ਫਿਰ ਜਦੋਂ ਅਖਬਾਰ 'ਚ ਨਾਂ ਆ ਗਿਆ, ਤਾਂ ਫਿਰ ਇਹ ਆਣ ਕੇ ਅਤੇ ਇਹਨਾਂ ਨਾਗੋਕ ਵਾਲਿਆਂ ਨੂੰ ਦੱਸ ਦੁੱਸ ਗਿਆ ਵੀ ਆਪਣੇ ਨਾਂ ਆ ਗਏ ਭਗੌੜਿਆਂ 'ਚ। ਪਤਾ ਸੀ ਅਸੀਂ ਕਾਰਾਂ ਬਾਰੇ ਕਰਦੇ ਫਿਰਦੇ, ਅਤੇ ਥੋੜ੍ਹੀ ਥੋੜ੍ਹੀ ਸੁੰਧਕ ਵੀ ਹੈਗੀ ਸੀ ਸਰਕਾਰ ਨੂੰ। ਅਤੇ ਜਦੋਂ ਇਹਨਾਂ ਦੇ ਨਾਂ ਆ ਗਏ, ਫਿਰ ਇਹਨਾਂ ਨੂੰ ਦੱਸ ਕੇ ਅਤੇ ਆਮ ਇੱਥੇ ਚਲਾ ਗਿਆ। ਫਿਰ ਸਾਨੂੰ ਤਾਂ ਉਦੋਂ ਹੀ ਪਤਾ ਲੱਗਾ ਜਦੋਂ ਫੜ ਨਹੀਂ ਆ ਗਈ ਪੁਲਿਸ, ਮੈਂ ਤਾਂ ਘਰ ਹੀ ਨਹੀਂ ਸਾਂ, ਇਹਨਾਂ ਦੇ ਪਿਤਾ ਜੀ ਨੂੰ ਫੜ ਕੇ ਲੈ ਗਏ। ਅਤੇ ਫਿਰ ਉੱਥੇ ਮਗਰ ਬੰਦੇ ਬੁੰਦੇ ਗਏ, ਜਾ ਕੇ ਮੁੜ ਕੇ ਇਹਨਾਂ ਦੇ ਫੁੱਫੜ ਨੂੰ ਫੜ ਲਿਆਂਦਾ। ਫਿਰ ਉੱਥੇ ਮਗਰ ਮੇਰ ਬੰਦਾ ਆ ਗਿਆ, ਜਿੱਥੇ ਮੈਂ ਗਈ ਸਾਂ ਵੀ ਅੱਜ ਤਰ੍ਹਾਂ ਸਲੱਖਣ ਦਾ ਨਹੀਂ ਕੋਈ ਪਤਾ ਲੱਗਿਆ ਕਿਤੇ ਮਿਲਿਆ, ਮੈਂ ਮੈਨੂੰ ਨਹੀਂ ਪਤਾ, ਆਖੇ ਆਹ ਗੱਲ ਹੋ ਗਈ ਆ। ਘਰ ਵੱਲ ਮੂੰਹ ਨਾ ਕਰੀ, ਘਰ ਸਿੱਧੀ ਮੌਤ ਹੀ, ਪਿਓ ਨੇ ਉਹਦੇ ਪਿਤਾ ਜੀ ਨੇ ਆਖਿਆ ਇੱਥੇ ਸਾਹਮਣੇ ਤੋਂ ਵਹਿੰਦੇ ਰਹਿੰਦੇ, ਇਹਨਾਂ ਘਰ ਕੌਣ ਆਇਆ ਅਤੇ ਕੌਣ ਗਿਆ, ਅਤੇ ਇਹਨੇ ਆਖਿਆ ਹੁਣ ਘਰ ਵੱਲ ਮੂੰਹ ਨਾ ਕਰੀ, ਜੇ ਘਰੋਂ ਨਿਕਲ ਆਇਆ ਤਾਂ ਹੁਣ ਜੇ ਘਰ ਆਇਆ ਤਾਂ ਸਿੱਧੀ ਮੌਤ ਹੀ ਆ। ਫਿਰ ਉਹ ਘਰ ਆਇਆ ਹੀ ਨਹੀਂ, ਲੋਕ ਸਗੋਂ ਸ਼ੱਕ ਕਰਦੇ ਸੀ ਭੈਣ ਦਾ ਵਿਆਹ ਆਊਗਾ, ਲੋਕਾਂ ਕਈਆਂ ਮੈਨੂੰ ਪੁੱਛਿਆ ਵੀ ਸੁੱਖ ਨਾਲ ਫਿਰ ਆਇਆ ਵੀਰ, ਮੈਂ ਆਖ ਕੀ ਪਤਾ ਉਹਨੂੰ ਪਤਾ ਵੀ ਆ ਕਿ ਨਹੀਂ ਪਤਾ, ਅਤੇ ਉਹਨੇ ਕਿੱਥੋਂ ਆਉਣਾ ਹੈ, ਨਹੀਂ ਆਇਆ।
ਉਦੋਂ ਬਾਅਦ ਵੀ ਜਦੋਂ ਫਿਰ ਉੱਥੇ ਖਤਰਾ ਹੋਇਆ ਅੰਮ੍ਰਿਤਸਰ ਸਾਹਿਬ, ਉਦੋਂ ਸੰਤ ਜਰਨੈਲ ਸਿੰਘ ਆਪ ਛੱਡ ਕੇ ਆਇਆ ਇਹਨੂੰ ਉੱਥੇ ਅੰਮ੍ਰਿਤਸਰ, ਆਪਣਾ ਬਾਣਾ ਪਾ ਕੇ ਆਪਣੀ ਗੱਡੀ ਦੇ ਵਿੱਚ ਬਾਹਰ ਛੱਡ ਕੇ ਆਇਆ। ਉਹਨਾਂ ਨੂੰ ਸ਼ੱਕ ਪੈ ਗਿਆ ਨਾ ਇੱਥੇ ਸਿੰਘ ਕੋਈ ਹੋਣਗੇ, ਅਤੇ ਜਦੋਂ ਖਤਰਾ ਦਿਸਿਆ ਤਾਂ ਉਦੋਂ ਆਪ ਛੱਡ ਆਇਆ ਜਾ ਕੇ ਉੱਥੇ ਨਾਨਕ ਨਿਵਾਸ, ਅਤੇ ਮੁੜ ਕੇ ਉੱਥੇ ਰਹਿੰਦਾ ਰਿਹਾ, ਉੱਥੇ ਜਾਂਦੇ ਰਹੇ ਮਿਲਦੇ ਰਹੇ ਹਾਂ ਜਿੰਨਾ ਚਿਰ ਰਹੇ ਆ। ਮਨਿੰਦਰ ਕੌਰ, ਪਿੰਡ ਵੈਰੋਵਾਲ। ਮੇਰੇ ਬ੍ਰਦਰ ਏਅਰਫੋਰਸ ਸਨ, ਉਹ ਨਾ ਅੰਮ੍ਰਿਤ ਛਕਿਆ ਸੀ। ਉਸ ਤੋਂ ਬਾਅਦ ਫਿਰ ਉਹ ਬਾਅਦ 'ਚ 77 'ਚ ਚੱਲਦਾ ਵੀ ਸੀ, ਭਾਈ ਫੌਜਾ ਸਿੰਘ ਦਾ ਸੀ, ਉਦੋਂ ਅੰਮ੍ਰਿਤ ਸੰਸਾਰ ਪਿੰਡਾਂ 'ਚ ਹੁੰਦਾ ਸੀ, ਪਿੰਡ ਅੰਮ੍ਰਿਤ ਸੰਸਾਰ ਸੀ। ਉੱਥੇ ਫਿਰ ਸਾਡਾ ਪਰਿਵਾਰ ਸਾਰਾ ਗਿਆ ਅੰਮ੍ਰਿਤ ਛਕਣ ਵਾਸਤੇ, ਅਤੇ ਮੈਂ ਛੋਟੀ ਹਾਂ, ਸਾਰਿਆਂ ਨਾਲ ਮੈਂ ਕਿਹਾ ਕਿ ਮੈਂ ਵੀ ਛਕਣਾ ਅੰਮ੍ਰਿਤ, ਪਿਤਾ ਜੀ ਮੇਰੇ ਰਹਿੰਦੇ, ਤੂੰ ਵੀ ਚਲੇ ਜਾ, ਤੁਸੀਂ ਵੀ ਚੱਲ ਜਾਓ, ਅਤੇ ਉੱਥੋਂ ਮੈਂ ਅੰਮ੍ਰਿਤ ਛਕਿਆ। ਇਸ ਤਰ੍ਹਾਂ ਸੀ ਕਿ ਸਿੰਘ ਸੀ ਇੱਕ ਸਾਡੇ ਘਰ ਆਉਂਦਾ ਜਾਂਦਾ ਸੀ, ਫਿਰ ਆਉਂਦੇ ਉਹ ਸਿੰਘ ਕਹਿੰਦਾ ਵੀ ਇੱਧਰ ਅਸੀਂ ਫਤਿਹ ਬੁਲਾ ਜੇ, ਇੱਥੇ ਇੱਕ ਸਿੰਘ ਆ, ਤਾਂ ਫਤਿਹ ਬੁਲਾਉਣ ਆਏ ਅਤੇ ਇੱਧਰ ਆਉਂਦਿਆਂ ਨੂੰ ਇਹ ਕਮਰ ਕੱਸਾ ਕੀਤਾ ਸੀ ਅਤੇ ਸ਼੍ਰੀ ਸਾਹਿਬ ਸਾਫ਼ ਕਰ ਰਹੇ ਆਪਣੀ, ਫਿਰ ਇਹਨਾਂ ਨੇ ਆਪੇ ਬਾਲਟੀ ਸਾਫ਼ ਕਰਕੇ ਸਰ ਲੋਹ ਦੀ, ਅਤੇ ਫਿਰ ਜਲ ਛਕਾਇਆ ਸਿੰਘਾਂ ਨੂੰ। ਜਦੋਂ ਵਾਪਸੀ ਗਏ ਤਾਂ ਰਸਤੇ 'ਚ ਜਾਂਦਿਆਂ ਉਹ ਵੀਰ ਜੀ ਮੇਰੇ ਕਹਿੰਦੇ ਉਹਨੂੰ ਸਿੰਘ ਨੂੰ ਕਿ ਉੱਧਰ ਨਾਲੋਂ ਮੈਨੂੰ ਇਹ ਠੀਕ ਲੱਗਦਾ, ਅਤੇ ਇਸ ਤਰ੍ਹਾਂ ਰਿਸ਼ਤੇ ਦੀ ਗੱਲ ਸ਼ੁਰੂ ਹੋਈ। ਵਿਆਹ ਦਾ ਮੈਂ ਜਦੋਂ ਆਖਿਆ ਤਾਂ ਵੀ ਗਏ ਤਾਂ ਮਾਤਾ ਅਸੀਂ ਅੱਜ ਵੀ ਮੇਰੇ ਕੱਲ੍ਹ ਮੇਰੇ ਕਿੱਥੇ ਰੋਂਦੀ ਫਿਰੂਗੀ, ਸਾਨੂੰ ਸੱਦਿਆ ਮਹਿਲ ਸੋਹਣਾ ਨੇ ਵੀ ਵਿਆਹ ਨੂੰ ਮੰਨਦਾ ਨਹੀਂ ਤੇਰੇ ਮਨਾਓ, ਸਾਨੂੰ ਅੱਗੋਂ ਇਹ ਜਵਾਬ ਦਿੱਤਾ। ਫਿਰ ਅਸੀਂ ਤਾਂ ਆ ਕੇ ਮੁੜ ਕੇ ਫਿਰ ਉਹਨਾਂ ਹੀ ਮਨਾਇਆ ਮੈਨੂੰ ਆ, ਫਿਰ ਹਾਂ ਕਰਤੀ। ਬਾਅਦ 'ਚ ਮੰਗਣੀ ਵੀ ਜਦੋਂ ਹੋਈ ਆ ਤਾਂ ਇਤਨਾ ਹੀ ਉੱਥੇ ਹੀ ਅਸੀਂ ਅੰਮ੍ਰਿਤਸਰ ਹੀ ਗਏ ਹਾਂ, ਅਤੇ ਪਹਿਲਾਂ ਤਾਂ ਮੈਨੂੰ ਆਉਂਦਾ ਰਹੇ ਮਾਤਾ ਕੁੜੀ ਮੇਰੇ ਤੋਂ ਵੱਡੀ, ਕੁੜੀ ਮੇਰੇ ਤੋਂ ਵੱਡੀ, ਅਤੇ ਮੈਂ ਕਿਹਾ ਚੱਲ ਕੋਈ ਨਹੀਂ, ਪੁੱਤ ਆਪਾਂ ਘਰ ਜਾ ਕੇ ਦੱਸਾਂਗੇ, ਕਰ ਲਵਾਂਗੇ ਸਲਾਹ। ਅਤੇ ਬਾਅਦ 'ਚ ਇਹਨਾਂ ਨੇ ਮੈਨੂੰ ਵੀ ਰੋਕ ਦਿੱਤਾ, ਮੈਨੂੰ ਆਉਂਦਾ ਜਾ ਮਾਤਾ ਕੀਰਤਨ ਸੁਣ, ਮੈਂ ਉੱਥੇ ਜਾ ਕੇ ਬਹਿ ਗਈ। ਇਹਨਾਂ ਨੇ ਪੈਸੇ ਪੂਸੇ ਦਿੱਤੇ ਅਤੇ ਮੈਨੂੰ ਜਾ ਕੇ ਲਾ ਕੇ ਆਉਂਦਾ ਮਾਤਾ, ਉਹਨਾਂ ਤਾਂ ਮੈਨੂੰ ਪੈਸੇ ਦਿੱਤੇ ਤੂੰ ਵੀ ਦੇ ਦੇ, ਮੰਮੀ ਆਉਣ ਲੱਗੀ ਪੈਸੇ ਦੇ ਕੇ ਪਿਆਰ ਦੇ ਆਈ। ਉੱਥੇ ਦੀ ਮਾਤਾ ਦੀ ਮੇਰੀ ਧੀ ਦਾ ਵਿਚੋਲਾ ਗੁਰੂ ਰਾਮਦਾਸ ਬਣ ਗਿਆ। ਚੱਲ ਅਸੀਂ ਆਪਦੇ ਘਰ ਨੂੰ ਆ ਕੇ ਆਪਦੇ ਘਰ ਨੂੰ ਚਲੀਆਂ ਗਿਆ, ਇਹੋ ਗੱਲਬਾਤ ਹੋਈ ਬਸ, ਉਸੇ ਗੱਲ 'ਤੇ ਫਿਰ ਇਹ ਵੀ ਪੱਕੀ ਰਹੀ, ਉਹ ਤਾਂ ਬਥੇਰਾ ਭੱਜਿਆ ਸੀ, ਇਹ ਫਿਰ ਪੱਕੀ ਰਹੀ ਵੀ ਮੈਂ ਨਹੀਂ, ਮੈਂ ਗੁਰੂ ਦੇ ਘਰ ਬਹਿ ਕੇ ਅਸੀਂ ਸਾਰਾ ਕੰਮ ਕੀਤਾ ਅਤੇ ਮੈਂ ਨਹੀਂ। ਉਹ ਕਹਿੰਦੇ ਸੀ ਵੀ ਅਸੀਂ ਸੰਘਰਸ਼ 'ਚ ਹਾਂ ਹੁਣ, ਸਾਡਾ ਤਾਂ ਕੁਛ ਪਤਾ ਨਹੀਂ, ਅਤੇ ਤੁਹਾਡੀ ਜ਼ਿੰਦਗੀ ਲੰਮੀ ਆ, ਜੇ ਇਸ ਕਰਕੇ ਤੁਸੀਂ ਨਾ ਸਾਡੇ ਨਾਲ ਪੰਗਾ ਲਓ। ਸੱਚੇ ਪਾਤਸ਼ਾਹ ਨੇ ਕਾਇਮ ਰੱਖਿਆ, ਮੈਂ ਤਾਂ ਕੌਣ ਸਾਂ ਉਸ ਟਾਈਮ 'ਤੇ, ਉਹਨਾਂ ਨੇ ਖੜੀ ਕੀਤਾ ਮੈਨੂੰ, ਇਹ ਤਾਂ ਬਿਲਕੁਲ ਨਹੀਂ ਸੀ ਮੰਨਦੇ। ਫਿਰ ਸਿੰਘਾਂ ਨੇ ਇਹਨਾਂ ਨੂੰ ਮਨਾਇਆ ਵੀ ਜਦੋਂ ਬੇਬੀ ਮੰਨਦੀ ਤਾਂ ਤੂੰ ਕਿਉਂ ਨਹੀਂ ਮੰਨਦਾ, ਅਤੇ ਫਿਰ ਇਸ ਤਰ੍ਹਾਂ ਉਹਨਾਂ ਨੇ ਫਿਰ ਹਾਂ ਕੀਤੀ। ਫਿਰ ਕਹਿੰਦੇ ਬਾਅਦ 'ਚ ਕਹਿੰਦੇ ਵੀ ਮੈਨੂੰ ਸਿੰਘਣੀ ਨੂੰ ਮਿਲਾਓ, ਫਿਰ ਮੇਰੇ ਨਾਲ ਉਹਨਾਂ ਨੇ ਕੁਛ ਗੱਲਾਂ ਕੀਤੀਆਂ, ਅਤੇ ਫਿਰ ਬਾਅਦ 'ਚ ਵਿਆਹ ਦੀ ਡੇਟ ਰੱਖੀ ਉਹਨਾਂ ਨੇ ਕਰ ਦਿੱਤੀ। 83 'ਚ ਜੁਲਾਈ ਦੇ 10 ਤਰੀਕ ਨੂੰ ਹੋਇਆ ਸੀ ਲੰਗਰ ਹਾਲ 'ਤੇ, ਗੁਰੂ ਰਾਮਦਾਸ ਦੇ ਲੰਗਰ ਹਾਲ 'ਤੇ, ਅਤੇ ਸਿੰਘਾਂ ਦੀ ਸੰਗਤੀ ਸੀ, ਸਾਰੀ ਸੰਗਤ ਕਾਫੀ ਸੀ, ਅਤੇ ਲੰਗਰਵਾਲ ਨੇ ਆਨੰਦ ਕਾਰਜ ਲਾਵਾਂ ਪੜੀਆਂ ਸੀ, ਬਾਕੀ ਕੀਰਤਨ ਨਹੀਂ ਪਤਾ ਕਿੰਨੇ ਕੀਤਾ ਉਹਦੇ ਬਾਰੇ ਨਹੀਂ ਪਤਾ। ਸਾਰੇ ਸਿੰਘ ਮਾਣੇ 'ਚ ਰਹਿੰਦੇ ਸੀ, ਦਰਬਾਰ ਸਾਹਿਬ ਜਾਂਦੇ ਸੀ ਸਾਰੇ ਸਿੰਘ ਇਕੱਠੇ ਤਿਆਰ ਹੋ ਕੇ, ਜਿੰਨੇ ਵੀ ਹੈਗੇ ਸੀ 10-11 ਜਣੇ ਸਾਨੇ, ਸਾਰਿਆਂ ਨੇ ਬਾਣੇ ਬਾਣੇ ਸ਼੍ਰੀ ਸਾਹਿਬਾਂ ਅਤੇ ਆਪਣੇ ਰਿਵਾਲਵਰ ਵੀ ਜੋ ਵੀ ਉਹਨਾਂ ਕੋਲ ਹਥਿਆਰ ਹੁੰਦੇ ਸੀ ਨਾਲ ਲੈ ਕੇ ਜਾਂਦੇ ਸੀ, ਜਿਹਦੇ ਜਿਹਦੇ ਕੋਲ ਜਿਹੜਾ ਕੋਈ ਹਥਿਆਰ ਉਹਨਾਂ ਨੇ ਰਿਵਾਲਵਰ ਹੁੰਦਾ ਸੀ, ਵੀਰ ਜੀ ਨੌਨ ਸਿੰਘ ਕੋਲ ਪਤਾ ਨਹੀਂ ਕੀ ਹੁੰਦਾ ਸੀ ਉਸ ਟਾਈਮ 'ਤੇ, ਮੈਨੂੰ ਯਾਦ ਨਹੀਂ। ਸਿੰਘ ਤਕਰੀਬਨ ਸਾਰੇ ਇਕੱਠੇ ਰਹਿੰਦੇ ਸੀ, ਰਾਤ ਨੂੰ ਜਿਹੜੀਆਂ ਬੀਬੀਆਂ ਹੁੰਦੀਆਂ ਸੀ ਉਹਨਾਂ ਦੇ ਸਿੰਘ ਬੀਬੀਆਂ ਦੇ ਲਾਗੇ ਆ ਜਾਣਾ, ਕਮਰਿਆਂ 'ਚ ਆ ਜਾਣਾ, ਬਾਕੀ ਸਿੰਘ ਨੇ ਆਪਣੇ ਵੱਖਰਾ ਆਰਾਮ ਕਰਨਾ। ਸੱਚੇ ਪਾਤਸ਼ਾਹ ਮੈਨੂੰ ਤਾਂ ਅੰਮ੍ਰਿਤ ਵੇਲੇ ਉਠਾ ਕੇ, ਅਤੇ ਫਿਰ ਮੈਂ ਤਾਂ ਅੰਮ੍ਰਿਤਸਰ ਦਰਬਾਰ ਸਾਹਿਬ ਚਲੀ ਜਾਂਦੀ ਸਾਂ, ਨਿਤਨੇਮ ਆਪਣੇ ਆਪਣਾ ਹੀ ਕਰਦੇ ਸੀ, ਮੈਂ ਆਪਣਾ ਕਰਦੀ ਸਾਂ, ਕਦੇ ਨਿਤਨੇਮ ਇਕੱਠਾ ਨਹੀਂ ਕੀਤਾ,
ਇੱਕ ਵਾਰ ਸਿਰਫ ਇਹਨਾਂ ਮੈਨੂੰ ਆਸਾ ਦੀ ਵਾਰ ਸੁਣਾਈ ਸੀ, ਕਹਿੰਦੇ ਮੇਰੇ ਕੋਲ ਆਸਾ ਦੀ ਵਾਰ ਸੁਣ, ਮੈਂ ਕੰਠ ਕੀਤੀ ਹੈ ਤਾਂ ਸੁਣ ਲਾ, ਬਸ ਇੰਨੇ ਵੀ ਇਹਨਾਂ ਨਿਤਨੇਮ ਸਾਂਝਾ ਕੀਤਾ ਨਾ, ਕਦੇ ਵੀ ਨਿਤਨੇਮ ਮੇਰੇ ਨਾਲ ਇਕੱਠਾ ਨਹੀਂ ਕੀਤਾ ਕਰ ਸਕੇ। ਜਾਂਦੇ ਰਹੇ ਜਦੋਂ ਜੀ ਕਰਨਾ, 5-7 ਦਿਨੀ 8 ਦਿਨੀ ਜਾ ਕੇ ਮਿਲ ਆਉਣਾ, ਮਿਲਦੇ ਰਹੇ ਹਾਂ। ਵਿਆਹ ਵੀ ਫਿਰ ਆਪ ਗਏ, ਵਿਆਹ ਦੇ ਵਿੱਚ ਗਏ ਹਾਂ, ਵਿਆਹ ਕਰਕੇ ਆਏ ਸਾਰਾ ਕੁਝ। ਇੱਕ ਵਾਰ ਮੈਂ ਗਈ ਅਤੇ ਇਹ ਮੈਨੂੰ ਮਿਲਿਆ ਨਾ, ਅਤੇ ਮੁੜ ਕੇ ਇੱਕ ਫਿਰ ਮੈਂ ਦੂਜੀ ਵਾਰ ਗਈ ਅਤੇ ਹੈਗਾ ਸੀ, ਅਤੇ ਮੈਨੂੰ ਆਣ ਕੇ ਕੋਲ ਬਹਿ ਕੇ ਮਹਿੰਗਾ ਸੋ ਮੇਰੇ ਗੋਡਾ ਫੜ ਕੇ, ਮਾਤਾ ਅੱਜ ਹੈਗੇ ਨਾ ਸਾਰੇ, ਮਿਲ ਪਿਆ ਨਾ ਪੁੱਤ। ਆਹੋ ਇੱਦਾਂ ਉਹਨਾਂ ਦੇ ਹਮੇਸ਼ਾ ਹੱਥ 'ਚ ਗੁਟਕਾ ਹੁੰਦਾ ਸੀ, ਪਾਣੀ ਪੜਦੇ ਫਿਰਦੇ ਹੁੰਦੇ ਸੀ, ਤੁਰਦੇ ਤੁਰ ਕੇ ਪਾਣੀ ਕੱਢਦੇ ਸੀ ਜਦ ਪੜਦੇ ਸੀ, ਬੋਲਦੇ ਬਹੁਤ ਘੱਟ ਹੁੰਦੇ ਸੀ। ਭਾਈ ਮਹਿੰਗਾ ਸਿੰਘ ਵੀ, ਭਾਈ ਕਾਹਨ ਸਿੰਘ ਵੀ, ਇਹ ਦੋਨੋਂ ਜਾਣੇ ਬਹੁਤ ਪਾਣੀ ਪੜਦੇ, ਪਰ ਇਹਨਾਂ ਦੇ ਕੋਲ ਮੈਂ ਕਦੀ ਗੁਟਕਾ ਨਹੀਂ ਸੀ ਦੇਖਿਆ। ਇਹ ਪਤਾ ਨਹੀਂ ਕਿਸ ਤਰ੍ਹਾਂ ਕਰਦੇ ਸੀ ਦੋਨੋਂ ਹੀ, ਵੀਰ ਜੀ ਨੌ ਸਿੰਘ ਵੀ ਇਹ ਵੀ। ਅਤੇ ਇੱਕ ਵਾਰ ਮੇਰਾ ਵੀ ਆਪਰੇਸ਼ਨ ਹੋਇਆ ਸੀ ਅਤੇ ਮੈਂ ਇਹਨੂੰ ਛੁੱਟੀ ਮਿਲੀ, ਉਦੋਂ ਇਹਦਾ ਵਿਆਹ ਹੋ ਗਿਆ ਸੀ, ਆੜ 'ਚ ਵਿਆਹ ਸਾਉਣ 'ਚ ਪਿੱਤੇ ਦਾ, ਅਤੇ ਜਦੋਂ ਛੁੱਟੀ ਮਿਲੀ ਮੈਂ ਆਖਾਂ ਮੈਂ ਮਿਲ ਕੇ ਜਾਣਾ, ਅਤੇ ਇਹ ਉੱਥੇ ਹੈ ਨਹੀਂ ਸੀ, ਮਨਿੰਦਰ ਵੀ ਉੱਥੇ ਸੀ ਮੈਨੂੰ ਹਸਪਤਾਲ ਮੇਰੇ ਕੋਲ, ਅਤੇ ਇਹਨਾਂ ਫਿਰ ਗੱਡੀ ਵਾਲੇ ਨੂੰ ਸਿਖਾ ਤਾ ਵੀ ਤੂੰ ਮੇਰੀ ਗੱਡੀ ਨਹੀਂ ਉੱਧਰ ਨੂੰ ਜਾਂਦੀ, ਅਤੇ ਫਿਰ ਮੈਨੂੰ ਘਰ ਲਾਇਆ ਹੈ। ਫਿਰ ਜਿੱਦਣ ਮੈਂ ਫਿਰ ਦੂਰੀ ਵਾਰ ਗਈ ਦਵਾਈ ਲੈਣ, ਅਤੇ ਉੱਦਣ ਫਿਰ ਮੈਨੂੰ ਮਨਿੰਦਰ ਲੈ ਕੇ ਗਈ, ਫਿਰ ਉੱਧਰ ਮਿਲ ਕੇ ਆਈ, ਮੇਰੇ ਲੱਤਾਂ ਕੁੱਟੀਆਂ, ਮੈਨੂੰ ਫੜ ਕੇ ਬਾਹੋਂ ਤਾਂ ਚੜ੍ਹਾਇਆ ਅਤੇ ਬੜਾ ਪਿਆਰ ਕੀਤਾ। ਅਤੇ ਜੇ ਮੈਂ ਮਨ ਮੂੰਹ ਨਹੀਂ ਭੜਾ ਕਰਨਾ ਅਤੇ ਆਖਣਾ ਮਾਤਾ ਸਾਡੀਆਂ ਵਾਰਾਂ ਗਵਿਆਂ ਕਰਨੀਆਂ, ਇਸ ਤਰ੍ਹਾਂ ਹੋਇਆ ਕਰਨਾ, ਮੈਨੂੰ ਦਿਲ ਛੋਟਾ ਕਰੀਦਾ ਹੁੰਦਾ। ਗੁਰੂ ਸਾਹਿਬ ਨਾਲ ਪਿਆਰ ਤਾਂ ਸੀ, ਨਿਤਨੇਮ ਵੀ ਕਰਦੇ ਸੀ, ਪਰ ਸ਼ੋਅ ਨਹੀਂ ਕਰਦੇ ਤੁਸੀਂ ਕੀ ਕਰਦੇ ਹੋ, ਇਹ ਨਹੀਂ ਸੀ ਦੱਸਦੇ ਕਦੀ ਕਿਸੇ ਨੂੰ ਵੀ ਮੈਂ ਕਿੰਨੀਆਂ ਬਾਣੀਆਂ ਦਾ ਨਿਤਨੇਮ ਕਰਦਾ ਜਾਂ ਕਿਸ ਤਰ੍ਹਾਂ, ਇਹ ਨਹੀਂ ਕੋਈ ਦੱਸਦੇ। ਬਾਣੀ ਦੇ ਨਾਲ ਹੀ ਤਾਂ ਇੱਥੋਂ ਤੱਕ ਪਹੁੰਚੇ ਸਨ, ਭਗਤੀ ਕੀਤੀ ਅਤੇ ਫਿਰ ਹੀ ਸ਼ਕਤੀ ਆਈ। ਇੰਨਾ ਮੈਨੂੰ ਪਤਾ ਕਿ ਜਦੋਂ ਭਾਵੇਂ ਰਾਤ ਦੇ 10 ਵਜੇ ਕਮਰੇ 'ਚ ਆਉਣ, ਭਾਵੇਂ 11 ਵਜੇ ਕਮਰੇ 'ਚ ਆਉਣ, ਨਿਤਨੇਮ ਪੂਰਾ ਕਰਕੇ ਅਰਦਾਸ ਕਰਕੇ ਫਿਰ ਹੀ ਕੋਈ ਗੱਲ ਕਰਨੀ ਹੈ। ਪਹਿਲਾਂ ਸਿੰਘਾਂ ਦੇ ਵਿੱਚ ਵਿਚਰਦੇ ਰਹਿਣਾ, ਬਾਹਰ ਬੈਠਿਆ ਰਹਿਣਾ, ਗੱਲਾਂ ਬਾਤਾਂ ਮਾਰਦੇ ਆਪਣੇ ਜੋ ਵੀ ਕਰਨਾ ਉਹਨਾਂ ਕਰਨਾ। ਫਿਰ ਰਾਤ ਨੂੰ ਜਦੋਂ ਕਮਰੇ 'ਚ ਭਾਵੇਂ 10 ਵਜੇ ਆਉਣ, ਭਾਵੇਂ 9 ਵਜੇ ਆਉਣ, ਭਾਵੇਂ 10:30 ਵਜੇ ਆਉਣ, ਪਰ ਆਪਣਾ ਨਿਤਨੇਮ ਪੂਰਾ ਕਰਨਾ। ਚੰਡੀ ਦੀ ਵਾਰ ਜ਼ਰੂਰ ਕਰਦੇ ਹੁੰਦੇ ਸੀ, ਉਹ ਮੈਂ ਸੁਣ ਲੈਂਦੀ ਨਹੀਂ। ਇੱਕ ਵਾਰ 3 ਮਹੀਨੇ ਵਾਸਤੇ ਗਏ ਆ, ਉਦੋਂ ਦੱਸ ਕੇ ਗਏ ਆ ਵੀ ਅਸੀਂ ਬਾਹਰ ਚੱਲੇ ਹਾਂ, ਅਤੇ ਉਦੋਂ ਮੈਨੂੰ ਇਹਨਾਂ ਆਪਣੀ ਸ਼੍ਰੀ ਸਾਹਿਬ ਵੀ ਵੱਡੀ ਦੇ ਦਿੱਤੀ, ਚੋਲਾ ਵੀ ਦੇ ਤਾ ਵੀ ਘਰ ਲੈ ਜਾ। ਅਤੇ ਇੱਕ ਵਾਰ ਥੋੜ੍ਹੇ ਦਿਨਾਂ ਵਾਸਤੇ ਗਏ, 20-22 ਦਿਨ ਵਾਸਤੇ ਗਏ ਆ, ਉਦੋਂ ਵੀ ਦੱਸ ਕੇ ਗਏ ਆ। ਇੱਕ ਦਿਨ ਥੋੜ੍ਹੇ ਦਿਨਾਂ ਵਾਸਤੇ ਗਏ ਸੀ ਅਤੇ ਉਦੋਂ ਨਹੀਂ ਦੱਸ ਕੇ ਗਏ। ਮੈਂ ਪ੍ਰਸ਼ਾਦਾ ਛਕਾਇਆ ਕੋਟੇ 'ਤੇ, ਅਤੇ ਮੈਨੂੰ ਕਹਿੰਦੇ ਵੀ ਪ੍ਰਸ਼ਾਦਾ ਬਹੁਤ ਸਵਾਦ ਆ, ਅਤੇ ਮੈਂ ਜੋ ਉੱਪਰ ਦੂਜੇ ਸਿੰਘਾਂ ਛਕਾਉਣ ਲਈ ਥੱਲੇ ਆਈ ਤਾਂ ਥੱਲੇ ਹੈ ਹੀ ਨਹੀਂ। ਮੁੜ ਕੇ ਮੈਨੂੰ ਸਿੰਘ ਕਹਿੰਦੇ ਭੈਣ ਜੀ ਇੱਥੇ ਰੈਣਸ ਪਾਈ, ਉੱਥੇ ਚਲੇ ਜਾਓ। ਮੈਂ ਰੈਣਸ ਪਾਈ 'ਤੇ ਚਲ ਗਈ ਅਤੇ ਸਵੇਰੇ ਉੱਥੋਂ ਮੇਰਾ ਬ੍ਰਦਰ ਆਇਆ ਸੀ, ਮੈਂ ਕਿਹਾ ਵੀਰ ਜੀ ਮੈਨੂੰ ਤੁਸੀਂ ਨਾਲ ਲੈ ਜਾਓ, ਮੈਂ ਉੱਥੇ ਕਰਨਾ, ਉਹ ਹੈ ਨਹੀਂ ਇੱਥੇ। ਅਤੇ ਉਹ ਮੈਨੂੰ ਲੈਣ ਆ ਗਏ, ਅਤੇ ਆਉਂਦਿਆਂ ਨੂੰ ਮੇਰੇ ਨੂੰ ਕਮਰੇ 'ਚ ਸੁੱਤੇ ਪਏ, ਦੋਵੇਂ ਜਾਣੇ ਕੁੜਤੀਆਂ ਪਾਈਆਂ ਅਤੇ ਸੁੱਤੇ ਪਏ। ਹਾਂ, ਮਨ ਇਹੀ ਬਣਾ ਕੇ ਗਿਆ ਸੀ ਕਿ ਅਸੀਂ ਵਾਪਸ ਨਹੀਂ ਆਉਣਾ, ਪਰ ਫਿਰ ਸਿੰਘ ਜਾ ਕੇ ਮਨਾ ਕੇ ਲਿਆਏ ਸੀ ਉਹਨਾਂ ਨੂੰ 84 ਦੀ ਵਿਸਾਖੀ ਵਾਲੇ ਦਿਨ ਤੋਂ ਪਹਿਲਾਂ, ਥੋੜ੍ਹੇ ਦਿਨ ਪਹਿਲਾਂ ਆਏ।